ਕਰਨਾਲ ਚ ਫੜੇ ਗਏ ਚਾਰ ਅਤਵਾਦੀਆਂ ਕੋਲ ਮਿਲੀ ਫਰਜ਼ੀ ਆਰਸੀ ਦੇ ਮਾਮਲੇ ਚ ਪੁਲਿਸ ਨੂੰ ਅਹਿਮ ਸੁਰਾਗ ਮਿਲਿਆ ਹੈ ਅੰਬਾਲਾ ਦੇ ਨਿਤਿਨ ਸ਼ਰਮਾ ਨਾਂ ਦੇ ਇੱਕ ਸ਼ਖਸ ਨੇ ਫਰਜ਼ੀ ਆਰਸੀ ਬਣਵਾਈਆਂ ਸਨ ਫਿਲਹਾਲ ਪੁਲਿਸ ਦੀਆਂ ਟੀਮਾਂ ਉਸ ਦੀ ਤਲਾਸ਼ ਚ ਜੁਟੀਆਂ ਮਧੂਬਨ ਥਾਣੇ ਚ ਉਸ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤਵਾਦੀਆਂ ਦੀ ਗੱਡੀ ਚ ਫਰਜ਼ੀ ਆਰਸੀ ਬਰਾਮਦ ਹੋਈ ਸੀ ਜਿਸ ਦੇ ਧਾਰ ਅੰਬਾਲਾ ਦੇ ਨਿਤਿਨ ਸ਼ਰਮਾ ਦੇ ਨਾਲ ਜੁੜੇ ਨੇ